पाठ पहला राजयां दा दूजा ग्रंथ पंज बाप 1 तो 15 आयत। नमान आराम दे राजा दा सेनापति सी। उसका आराम दे राजा दे दरबार विच वड्डा मान सी अते उसका हर थां आदर किया जांदा सी क्योंकि उसके द्वारा प्रभु ने आरामी सेना नू जित दित्ती सी। सो ओ एक वड्डा योद्धा सी पर उसनू कोढ़ दा रोग सी। आरामी सेना ने एक बार इसराइल दे इलाके उत्ते चढ़ाई की ਅਤੇ ਉਹ ਉੱਥੋਂ ਕੁਝ ਲੋਕਾਂ ਨੂੰ ਗੁਲਾਮ ਬਣਾ ਕੇ ਲੈ ਗਏ ਸਨ ਜਿਨ੍ਹਾਂ ਵਿੱਚ ਛੋਟੀ ਜਿਹੀ ਇਸਰਾਇਲੀ ਕੁੜੀ ਵੀ ਸੀ ਜੋ ਨਮਾਨ ਦੀ ਪਤਨੀ ਦੀ ਦਾਸੀ ਬਣੀ। ਇੱਕ ਦਿਨ ਉਸ ਛੋਟੀ ਕੁੜੀ ਆਪਣੇ ਮਾਲਕਣ ਨੂੰ ਕਿਹਾ, ਕਾਸ਼ ਕਿ ਮੇਰਾ ਮਾਲਕ ਸਾਡੇ ਸਾਮਰਿਆਂ ਦੇ ਨਬੀ ਕੋਲ ਜਾਂਦਾ, ਉਹ ਨਬੀ ਮੇਰੇ ਮਾਲਕ ਦੀ ਬਿਮਾਰੀ ਨੂੰ ਦੂਰ ਕਰ ਸਕਦਾ ਹੈ। ਜਦੋਂ ਨਮਾਨ ਨੂੰ ਪਤਾ ਲੱਗਾ ਤਾਂ ਉਸਨੇ ਜਾ ਕੇ ਰਾਜਾ ਨੂੰ ਇਹ ਗੱਲ ਦੱਸੀ। ਰਾਜਾ ਨੇ ਕਿਹਾ, ਤੂੰ ਇਸਰਾਇਲ ਦੇ ਰਾਜਾ ਕੋਲ ਜਾ, ਮੈਂ ਉਸਨੂੰ ਇਸ ਸੰਬੰਧ ਵਿੱਚ ਇੱਕ ਪੱਤਰ ਲਿਖ ਦਿੰਦਾ ਹਾਂ। ਸੋ ਨਮਾਨ ਇਹ ਚੀਜ਼ਾਂ ਆਪਣੇ ਨਾਲ ਲੈ ਕੇ ਗਿਆ, 30,000 ਚਾਂਦੀ ਦੇ ਸਿੱਕੇ, 6,000 ਸੋਨੇ ਦੇ ਸਿੱਕੇ ਅਤੇ 10 ਜੋੜੇ ਕੱਪੜਿਆਂ ਦੇ। ਰਾਜੇ ਨੇ ਜੋ ਪੱਤਰ ਇਸਰਾਇਲ ਦੇ ਰਾਜਾ ਨੂੰ ਲਿਖਿਆ ਉਸ ਵਿੱਚ ਲਿਖਿਆ ਸੀ, ਇਸ ਪੱਤਰ ਦੁਆਰਾ ਤੂੰ ਜਾਣ ਜਾਵੇਂਗਾ ਕਿ ਮੈਂ ਆਪਣੇ ਸੇਵਕ ਨਮਾਨ ਨੂੰ ਤੇਰੇ ਕੋਲ ਘੱਲਿਆ ਹੈ ਜਿਸ ਨੂੰ ਕੋਹੜ ਦਾ ਰੋਗ ਹੈ। ਮੈਂ ਚਾਹੁੰਦਾ ਹਾਂ ਕਿ ਤੂੰ ਉਸਦਾ ਇਹ ਰੋਗ ਦੂਰ ਕਰ ਦੇ। ਪਰ ਜਦੋਂ ਇਸਰਾਇਲ ਦੇ ਰਾਜਾ ਨੇ ਇਹ ਪੱਤਰ ਪੜ੍ਹਿਆ ਤਾਂ ਉਸਨੇ ਆਪਣੇ ਕੱਪੜੇ ਪਾੜ ਸੁੱਟੇ ਅਤੇ ਉਸਨੇ ਦੁੱਖ ਅਤੇ ਹੈਰਾਨਗੀ ਵਿੱਚ ਕਿਹਾ, ਆਰਾਮੀ ਰਾਜਾ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ ਮੈਂ ਇਸ ਆਦਮੀ ਦਾ ਰੋਗ ਦੂਰ ਕਰਾਂ? ਕੀ ਉਹ ਸੋਚਦਾ ਹੈ ਕਿ ਮੈਂ ਪਰਮੇਸ਼ਵਰ ਹਾਂ ਜੋ ਜੀਵਨ ਅਤੇ ਮੌਤ ਦੇ ਸਕਦਾ ਹਾਂ? ਇਸ ਤੋਂ ਸਾਫ ਪ੍ਰਗਟ ਹੈ ਕਿ ਆਰਾਮੀ ਰਾਜਾ ਮੇਰੇ ਨਾਲ ਲੜਨ ਦੀ ਵਿਉਂਤ ਬਣਾ ਰਿਹਾ ਹੈ। ਜਦੋਂ ਇਹ ਖਬਰ ਪਰਮੇਸ਼ਵਰ ਦੇ ਬੰਦੇ ਅਲੀਸ਼ਾ ਨੂੰ ਮਿਲੀ ਕਿ ਰਾਜਾ ਨੇ ਆਪਣੇ ਕੱਪੜੇ ਪਾੜ ਸੁੱਟੇ ਹਨ, ਤਾਂ ਉਸਨੇ ਰਾਜਾ ਕੋਲ ਇਹ ਸੰਦੇਸ਼ ਘੱਲਿਆ, ਤੂੰ ਇੰਨਾ ਦੁਖੀ ਕਿਉਂ ਹੈ? ਤੂੰ ਉਸ ਆਦਮੀ ਨੂੰ ਮੇਰੇ ਕੋਲ ਕੱਲ ਅਤੇ ਮੈਂ ਉਸਨੂੰ ਦੱਸਾਂਗਾ ਕਿ ਇਸਰਾਇਲ ਵਿੱਚ ਕੋਈ ਨਬੀ ਹੈ। ਸੁਨਮਾਨ ਆਪਣੇ ਘੋੜਿਆਂ ਅਤੇ ਰੱਥਾਂ ਨਾਲ ਲੈ ਗਿਆ ਅਤੇ ਅਲੀਸ਼ਾ ਦੇ ਘਰ ਦੇ ਬੂਹੇ ਅੱਗੇ ਜਾ ਕੇ ਖੜ੍ਹਾ ਹੋ ਗਿਆ। ਅਲੀਸ਼ਾ ਨੇ ਆਪਣੇ ਘਰ ਦੇ ਅੰਦਰੋਂ ਹੀ ਆਪਣੇ ਸੇਵਕ ਦੇ ਦੁਆਰਾ ਬਾਹਰ ਖੜ੍ਹੇ ਨਮਾਨ ਨੂੰ ਕਿਹਾ, ਜਾ ਕੇ ਜਰਦਨ ਦਰਿਆ ਵਿੱਚ 7 ਵਾਰ ਚੁਬੀ ਮਾਰ ਤਾਂ ਤੂੰ ਆਪਣੇ ਕੋਟ ਤੋਂ ਬਿਲਕੁਲ ਸਾਫ਼ ਹੋ ਜਾਵੇਂਗਾ। ਪਰ ਨਮਾਨ ਇਹ ਸੁਣ ਕੇ ਗੁੱਸੇ ਨਾਲ ਉੱਥੋਂ ਵਾਪਸ ਚੱਲ ਪਿਆ। ਉਸਨੇ ਕਿਹਾ, ਮੈਂ ਸੋਚਦਾ ਸਾਂ ਕਿ ਉਹ ਘੱਟ ਤੋਂ ਘੱਟ ਬਾਹਰ ਆਵੇਗਾ ਅਤੇ ਪ੍ਰਭੂ ਆਪਣੇ ਪਰਮੇਸ਼ਵਰ ਅੱਗੇ ਮੇਰੇ ਲਈ ਪ੍ਰਾਰਥਨਾ ਕਰੇਗਾ ਅਤੇ ਉਹ ਮੇਰੇ ਕੋੜ ਵਾਲੀ ਥਾਂ ਉੱਤੇ ਆਪਣਾ ਹੱਥ ਫੇਰੇਗਾ ਅਤੇ ਇਸ ਤਰ੍ਹਾਂ ਮੈਨੂੰ ਚੰਗਾ ਕਰੇਗਾ। ਕਿ ਸਾਡੇ ਆਪਣੇ ਦਮਿੰਸ਼ਕ ਅਤੇ ਦਰਿਆ, ਅਬਾਨਾਹ ਅਤੇ ਫਰਫਰ, ਜਰਦਨ ਦਰਿਆ ਤੋਂ ਚੰਗੇ ਨਹੀਂ? ਮੈਂ ਉਹਨਾਂ ਵਿੱਚ ਨਹਾ ਕੇ ਵੀ ਤਾਂ ਸ਼ੁੱਧ ਹੋ ਸਕਦਾ ਸਾਂ। ਪਰ ਉਸਦੇ ਨੌਕਰ ਉਸ ਕੋਲ ਨਿਮਰਤਾ ਪੂਰਵਕ ਆ ਕੇ ਬੋਲੇ, ਮਾਲਕ, ਜੇਕਰ ਨਬੀ ਤੁਹਾਨੂੰ ਕੋਈ ਕਠਿਨ ਕੰਮ ਕਰਨ ਦੇ ਲਈ ਕਹਿੰਦਾ ਤਾਂ ਕੀ ਤੁਸੀਂ ਉਹ ਨਾ ਕਰਦੇ? ਫਿਰ ਜੇਕਰ ਉਸਨੇ ਇਹ ਕਿਹਾ, ਨਹਾ ਅਤੇ ਸ਼ੁੱਧ ਹੋ ਇਹ ਕਰਨ ਵਿੱਚ ਕੀ ਬੁਰਾ ਹੈ? ਇਸ ਲਈ ਨਮਾਨ ਨੇ ਜਰਦਨ ਦਰਿਆ ਵਿੱਚ ਜਾ ਕੇ ਅਲੀਸ਼ਾ ਨਬੀ ਦੇ ਕਹੇ ਅਨੁਸਾਰ 7 ਚੁਪੀਆਂ ਲਾਈਆਂ। ਉਸ 'ਤੇ ਇਹ ਕਰਦਿਆਂ ਹੀ ਉਸਦਾ ਕੋੜ ਪੂਰੀ ਤਰ੍ਹਾਂ ਨਾਲ ਦੂਰ ਹੋ ਗਿਆ ਅਤੇ ਉਸਦੇ ਸਰੀਰ ਦਾ ਮਾਸ ਇੱਕ ਬੱਚੇ ਦੇ ਮਾਸ ਵਰਗਾ ਸਾਫ਼ ਅਤੇ ਸ਼ੁੱਧ ਹੋ ਗਿਆ। ਤਦ ਉਹ ਤੁਰੰਤ ਅਲੀਸ਼ਾ ਕੋਲ ਮੁੜ ਕੇ ਆਇਆ ਅਤੇ ਬੋਲਿਆ, ਸ਼੍ਰੀਮਾਨ ਜੀ, ਮੈਂ ਪੂਰੀ ਤਰ੍ਹਾਂ ਨਾਲ ਜਾਣ ਗਿਆ ਹਾਂ ਕਿ ਇਸਰਾਇਲ ਦੇ ਪਰਮੇਸ਼ਵਰ ਤੋਂ ਸਿਵਾਏ ਹੋਰ ਕੋਈ ਦੂਜਾ ਦੇਵਤਾ ਨਹੀਂ। ਹੁਣ ਕਿਰਪਾ ਕਰਕੇ ਮੇਰੀ ਛੋਟੀ ਜਿਹੀ ਭੇਟ ਸਵੀਕਾਰ ਕਰੋ। ਇਹ ਪ੍ਰਭੂ ਦੀ ਬਾਣੀ ਹੈ, ਖੁਦਾ ਦਾ ਸ਼ੁਕਰ ਹੋਵੇ। ਪਾਠ ਪਵਿੱਤਰ ਅੰਜੀਲ ਸੰਤ ਲੂਕਾ ਦੇ ਅਨੁਸਾਰ ਉਸਦਾ 4:24-30 ਐਤਕ। ਪ੍ਰਭੂ ਯੇਸ਼ੂ ਨੇ ਕਿਹਾ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਕੋਈ ਵੀ ਨਬੀ ਆਪਣੇ ਦੇਸ਼ ਵਿੱਚ ਸਵੀਕਾਰ ਨਹੀਂ ਹੁੰਦਾ ਹੈ। ਪਰ ਮੈਂ ਤੁਹਾਨੂੰ ਸੱਚਾਈ ਦੱਸਦਾ ਹਾਂ, ਏਲੀਆ ਦੇ ਸਮੇਂ ਜਦੋਂ 3 ਸਾਲ ਅਤੇ 6 ਮਹੀਨੇ ਲਈ ਆਕਾਸ਼ ਬੰਦ ਰਿਹਾ ਅਤੇ ਸਾਰੀ ਧਰਤੀ ਉੱਤੇ ਵੱਡਾ ਅਕਾਲ ਪੈ ਗਿਆ ਤਾਂ ਇਸਰਾਇਲ ਵਿੱਚ ਬਹੁਤ ਸਾਰੀਆਂ ਵਿਧਵਾਵਾਂ ਸਨ, ਪਰ ਏਲੀਆ ਉਹਨਾਂ ਵਿੱਚੋਂ ਕਿਸੇ ਕੋਲ ਨਹੀਂ ਗਿਆ, ਸਗੋਂ ਸਿਦੋਨ ਦੇ ਸਰਫੀਤਾ ਵਿੱਚ ਰਹਿੰਦੀ ਵਿਧਵਾ ਕੋਲ ਕੱਲਿਆ ਗਿਆ। ਨਵੀਂ ਏਲੀਸ਼ਾ ਦੇ ਸਮੇਂ ਇਸਰਾਇਲ ਵਿੱਚ ਬਹੁਤ ਸਾਰੇ ਕੋੜੀ ਸਨ, ਪਰ ਉਹਨਾਂ ਵਿੱਚੋਂ ਕੋਈ ਵੀ ਚੰਗਾ ਨਹੀਂ ਕੀਤਾ ਗਿਆ ਸੀ ਸਿਵਾਏ ਸੀਰੀਆ ਦੇ ਨਮਾਨ ਦੇ। ਜਦੋਂ ਉਹਨਾਂ ਨੇ ਇਹ ਸੁਣਿਆ ਤਾਂ
ਸਿਨਾਗੋਗ ਵਿੱਚ ਦੇ ਸਾਰੇ ਲੋਕ ਤੈਸ਼ ਵਿੱਚ ਆ ਗਏ ਅਤੇ ਉਹ ਉੱਠ ਖੜ੍ਹੇ ਹੋਏ ਅਤੇ ਉਸ ਨੂੰ ਸ਼ਹਿਰੋਂ ਬਾਹਰ ਲੈ ਗਏ ਅਤੇ ਉਸ ਪਹਾੜੀ ਦੇ ਉੱਚੇ ਕਿਨਾਰੇ ਉੱਤੇ ਲੈ ਗਏ ਜਿਸ ਉੱਤੇ ਉਹਨਾਂ ਦਾ ਸ਼ਹਿਰ ਬਣਿਆ ਹੋਇਆ ਸੀ ਤਾਂ ਜੋ ਉਸਨੂੰ ਸਿਰ ਪਰਨੇ ਥੱਲੇ ਸੁੱਟ ਦੇਣ ਪਰ ਉਹ ਉਹਨਾਂ ਦੇ ਵਿੱਚੋਂ ਦੀ ਨਿਕਲ ਕੇ ਚਲਾ ਗਿਆ। ਇਹ ਪ੍ਰਭੂ ਦੀ ਪਵਿੱਤਰ ਅੰਜੀਲ ਹੈ। ਤੇਰੀ ਮਹਿਮਾ ਹੋਵੇ ਇਹ ਮੇਰੇ ਮਸੀਹਾ।